ਤਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਪਲਾ ਹੱਸਦਾ ਸੀ ਮੌਨ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਇੱਕ ਬਹੁਤ ਹੀ ਜ਼ਿਆਦਾ ਅਨਐਕਸਪੈਕਟਿਡ ਮਤਲਬ ਜਿਹੜਾ ਹਾਦਸਾ ਹੋਇਆ ਅਨਐਕਸਪੈਕਟਿਡ ਸੀ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿਤ ਕੰਟਰੋਵਰਸੀ ਕ੍ਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਉਸ ਪਿਤਾ ਦੀ ਦਾੜੀ ਚਿੱਟੀ ਹੋ ਗਈ ਆ ਮੈਂ ਅੱਜ ਵੇਖਿਆ ਅਤੇ ਉਹਨਾਂ ਦੀ ਦਾੜੀ ਚਿੱਟੀ ਹੋ ਗਈ ਸੀਗੀ ਅਤੇ ਬਹੁਤ ਔਖਾ ਵਾ ਸਮਾਂ ਉਹਨਾਂ ਵਾਸਤੇ ਮਾਂ ਬਾਪ ਵਾਸਤੇ ਹਾਂਜੀ ਪੁੱਤਰਾਣੀ ਭੇਦ ਖੋਲੀ ਦੇ ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ ਹੋ ਜਿਨ੍ਹਾਂ ਦੇ ਜਵਾਕਾਂ ਦੇ ਨਾਂ ਜੌਨ ਤੇ ਸਟੀਵੇ ਆ ਰਾਖੇ ਬੜੀ ਫਿਰਦੇ ਉਹ ਮਾਂ ਬੋਲੀ ਦੇ ਹਰ ਜਗ੍ਹਾ ਇਸੇ ਮਤਲਬ ਸਪੋਟਲਾਈਟ ਤੇ ਆਇਆ ਪਿਆ ਸੀਗਾ ਕਿ ਇੱਦਾਂ ਹੋਇਆ ਵਾ ਬਿਲਕੁਲ ਤੇ ਇਹ ਬਹੁਤ ਗਲਤ ਹੋਇਆ ਉਹਨਾਂ ਨਾਲ ਲੁੱਟਦੇ ਸਜ਼ਾ ਇਹਨਾਂ ਨੂੰ ਵੀ ਛੇਤੀ ਮੇਟ ਮਿਲੂਗੀ ਉਹਨਾਂ ਨੇ ਬਹੁਤ ਸਟਰਗਲ ਕੀਤਾ ਇਹ ਗੱਲ ਸਾਰਿਆਂ ਨੂੰ ਪਤਾ ਪਰ ਕੋਈ ਸੋਚ ਵੀ ਨਹੀਂ ਸਕਦਾ ਉਹਨਾਂ ਨੇ ਕਿੰਨਾ ਸਟਰਗਲ ਕੀਤਾ ਕੋਈ ਡੀਪਲੀ ਨਹੀਂ ਸੋਚ ਸਕਦਾ ਕਿ ਉਹਨਾਂ ਨੇ ਕਿੰਨਾ ਸਟਰਗਲ ਕੀਤਾ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਨੀ ਮੁੰਡੇ ਫੈਲਣੇ ਤੁਹਾਡੇ ਸ਼ਹਿਰਾਂ ਦੇ ਇਹ ਗੱਲ ਸੱਚ ਹੈ ਕਿ ਉਹ ਉਹਨਾਂ ਦੀ ਕਲਮ ਹਮੇਸ਼ਾ ਸੱਚ ਲਿਖਦੀ ਸੀ ਦੇ ਵਿੱਚ ਪਿੰਡ ਕੁੜੇ ਨੀ ਮੁੰਡੇ ਫੈਲਣੇ ਤੁਹਾਡੇ ਸ਼ਹਿਰਾਂ ਦੇ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਵੀ ਸੱਚ ਬੋਲਣ ਦਾ ਜਿਹੜਾ ਉਸਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਸੀ ਸੱਚ ਮੈਂ ਤੁਹਾਨੂੰ ਕਿਹਾ ਨਾ ਸੱਚ ਲਿਖਦੇ ਸੀ ਸੱਚ ਕਰਨ ਲਈ ਤੇ ਵਿਰੋਧ ਹੁੰਦਾ ਸੀਗਾ ਉਹਨਾਂ ਤੇ ਸੱਚ ਜੋ ਕਿ ਕੌੜਾ ਲੱਗਦਾ ਉਸੇ ਕਰਕੇ ਕੰਟਰੋਵਰਸੀ ਹੁੰਦੀ ਸੀਗੀ ਇੱਕ ਜੋ ਮਾਂ ਆ ਉਹਨੇ ਬੱਬਰ ਸ਼ੇਰ ਜੰਮਿਆ ਸੀ ਪਰ ਉਹ ਬੱਬਰ ਸ਼ੇਰ ਦਾ ਘਾਟਾ ਹੁਣ ਕੋਈ ਪੂਰਾ ਨਹੀਂ ਕਰ ਸਕਦਾ ਹਾਂ ਉਮਰ ਦੇ ਹਿਸਾਬ ਨਾਲ ਦੁਣਾ ਰੁਤਬਾ ਥੋੜਾ ਨਹੀਂ ਉਹ ਬਾਲਾ ਇੱਕ ਲਾਕੀ ਚੱਲਦਾ ਅੱਖਾਂ 'ਚ ਅਤੱਤੀ ਕੋਈ ਸ਼ੈ ਬੋਲਦੀ ਐਵੇਂ ਨਹੀਂ ਕੋ ਦੁਨੀਆਂ ਤੋਂ ਆਕੀ ਚੱਲਦਾ ਪਿਛਲੇ ਕੋਈ ਕਰਮਾਂ ਦਾ ਧਣੀ ਲੱਗਦਾ ਜਾਂ ਫਿਰ ਮੇਰੇ ਬਾਣੇ ਅਖਵਾਜਾ ਮਿਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨਹੀਂ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ ਮਿਠੀਏ ਆਪਾਂ ਸਾਰੇ ਫੈਨ ਇਹ ਪ੍ਰਾਊਡਲੀ ਕਹਿੰਦੇ ਹਾਂ ਕਿ ਆਪਾਂ ਉਹਨਾਂ ਦੇ ਫੈਨ ਹਾਂ ਉਹਨਾਂ ਦੇ ਪਾਪਾ ਨੂੰ ਵੀ ਜੋ ਉਹਨਾਂ ਨੂੰ ਪ੍ਰਾਊਡ ਹੋ ਰਿਹਾ ਹੋਣਾ ਪਰ ਇਹ ਹਾਦਸੇ ਤੋਂ ਬਾਅਦ ਉਹਨਾਂ ਦੀ ਜੋ ਹਾਲਤ ਹੈ ਉਹ ਬਹੁਤ ਉਹਨਾਂ ਵਾਸਤੇ ਔਖਾ ਵਾ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨਹੀਂ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ ਮਿਠੀਏ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨਹੀਂ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ ਮਿਠੀਏ ਸੀਗਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਾਈ ਚਾਹੇ ਇਸ ਦੁਨੀਆਂ 'ਚ ਨਹੀਂ ਰਿਹਾ ਪਰ ਉਸਨੂੰ ਚਾਹੁਣ ਵਾਲੇ ਅੱਜ ਵੀ ਹਜ਼ਾਰਾਂ ਅਤੇ ਲੱਖਾਂ ਤਾਦਾਦ ਵਿੱਚ ਉਸਦੇ ਜਿਹੜੇ ਫੈਨ ਨੇ ਸਿੱਧੂ ਬਾਈ ਨੂੰ ਜਿਹੜੀ ਯਾਦ ਕਰਕੇ ਉਸਨੂੰ ਸ਼ਰਧਾਂਜਲੀ ਦੇ ਰਹੇ ਨੇ ਵੱਖ ਵੱਖ ਤਰੀਕੇ ਦੇ ਨਾਲ ਕੋਈ ਸਿੱਧੂ ਬਾਈ ਦੀਆਂ ਫੋਟੋਆਂ ਬਣਾ ਰਿਹਾ ਟੈਟੂ ਬਣਾ ਰਿਹਾ ਕੋਈ ਨਾਟ ਵਗੈਰਾ ਲਿਖਾ ਰਿਹਾ ਅਤੇ ਕੋਈ ਸਿੱਧੂ ਬਾਈ ਦਾ ਜਿਹੜਾ ਗੀਤ ਗਾ ਰਿਹਾ ਵਾ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦਾ ਸਿੱਧੂ ਬਾਈ ਦਾ ਜਿਹੜਾ ਬਹੁਤ ਵੱਡਾ ਫੈਨ ਆ ਜੋਇਦੀਪ ਸਿੰਘ ਕਾਹਲੋਂ ਜਿੱਥੇ ਕਿ ਸਿੱਧੂ ਬਾਈ ਦਾ 295 ਗੀਤ ਬੋਲਿਆ ਸੀ ਅਤੇ 50 ਲੱਖ ਤੋਂ ਵੱਧ ਲੋਕਾਂ ਨੇ ਜਿਹੜਾ ਉਸਨੂੰ ਜਿਹੜਾ ਪਿਆਰ ਦਿੱਤਾ ਸੀ ਜੈਦੀਪ ਸਿੰਘ ਕਾਹਲੋਂ ਸਾਡੇ ਨਾਲ ਗੱਲਬਾਤ ਕਰਾਂਗੇ ਜੈਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਸੋ ਮਚ ਜੈਦੀਪ ਜੀ ਕੀ ਕਹਿਣਾ ਚਾਹੋਗੇ ਸਿੱਧੂ ਮੂਸੇਵਾਲਾ ਬਾਈ ਦੇ ਕਦੋਂ ਦੇ ਫੈਨ ਨੇ ਜਦੋਂ ਮੈਂ 4 ਸਾਲ ਪਹਿਲਾਂ ਇੱਥੇ ਪੰਜਾਬ ਸ਼ਿਫਟ ਹੋਇਆ ਸੀਗਾ ਪਹਿਲਾਂ ਮੈਂ ਗੁਜਰਾਤ ਰਹਿੰਦਾ ਸੀ ਅਤੇ 4 ਸਾਲ ਪਹਿਲਾਂ ਜਦੋਂ ਮੈਂ ਪੰਜਾਬ ਸ਼ਿਫਟ ਹੋਇਆ ਉਦੋਂ ਮੈਂ ਉਹਨਾਂ ਦੇ ਗਾਣੇ ਸੁਣਨੇ ਸ਼ੁਰੂ ਕੀਤੇ ਬਿਲਕੁਲ ਮੈਨੂੰ ਬਹੁਤ ਚੰਗੇ ਲੱਗੇ ਉਹਨਾਂ ਦੇ ਗਾਣੇ ਅਤੇ ਆਈ ਲਵਡ ਹਿਸ ਸੌਂਗਸ ਸਿੱਧੂ ਬਾਈ ਦੀ ਮੌਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਬਹੁਤ ਹੀ ਜ਼ਿਆਦਾ ਅਨਐਕਸਪੈਕਟਿਡ ਮਤਲਬ ਜਿਹੜਾ ਹਾਦਸਾ ਹੋਇਆ ਅਨਐਕਸਪੈਕਟਿਡ ਸੀ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਦਾਂ ਹੋ ਜਾਏਗਾ ਉਹਨਾਂ ਨਾਲ ਬਾਕੀ ਉਹਨਾਂ ਦੇ ਮਾਤਾ ਪਿਤਾ ਅਤੇ ਕੀ ਬੀਤਰੀ ਹੋਏਗੀ ਜੇ ਫੈਨਸ 'ਤੇ ਇੱਦਾਂ ਬੀਤਰੀ ਹੈ ਅਤੇ ਮਾਤਾ ਪਿਤਾ 'ਤੇ ਉਸ ਪਿਤਾ ਦੀ ਦਾੜੀ ਚਿੱਟੀ ਹੋ ਗਈ ਆ ਮੈਂ ਅੱਜ ਵੇਖਿਆ ਅਤੇ ਉਹਨਾਂ ਦੀ ਦਾੜੀ ਚਿੱਟੀ ਹੋ ਗਈ ਸੀਗੀ ਅਤੇ ਬਹੁਤ ਔਖਾ ਵਾ ਸਮਾਂ ਉਹਨਾਂ ਵਾਸਤੇ ਮਾਂ ਬਾਪ ਵਾਸਤੇ ਹਾਂਜੀ ਅਤੇ ਮੈਨੂੰ ਇਹ ਸੋ ਜੈਦੀਪ ਜੀ ਜਿਹੜਾ ਸਿੱਧੂ ਬਾਈ ਦਾ ਤੁਸੀਂ ਗੀਤ ਬੋਲਿਆ 295 50 ਲੱਖ ਤੋਂ ਵੱਧ ਲੋਕਾਂ ਨੇ ਪਿਆਰ ਦਿੱਤਾ ਸਾਡੇ ਦਰਸ਼ਕਾਂ ਨਾਲ ਦੋ ਰਾਣਾ ਜੀ ਉਸ ਗੀਤ ਦੀਆਂ ਜ਼ਰੂਰ ਸਾਂਝੀ ਕਰੇ ਜ਼ਰੂਰ
दस पुत तेरा हैड डाउन कास तो चंगा पला हसदा सी मौन कास तो आ जेड़े दरवाजे विच बोर्ड चक्की खड़े आ मैं चंगी तरह जानदा हां कौन कास तो कुछ इत्थे चांदी चमकाउणा चाहुंदे ने कुछ तैनू फड़ थले लाउणा चाहुंदे ने कुछ कने आए इत्थे भुखे फेम दे नाम लैके तेरा अगे आउणा चाहुंदे ने मुसीबत ता मर्दा ते पैंदी रहिंदी है दबी ना तू दुनिया स्वाद लैंदी है नाले जेड़े रस्ते ते तू तुरिया इत्थे बदनामी हाई रेट मिलूगी नित कंट्रोवर्सी क्रेट मिलूगी धर्मा दे नाम ते डिबेट मिलूगी सच बोलेगा ता मिलू 295 जे करेगा तरक्की पुत हेट मिलूगी अज की बचाउण सभ्याचार जुट के जना खना दिंदा ए विचारे उठ के इंज लगे रब जिवें हथ खड़े कर गया पड़ा जदों सुबह अखबारे उठ के चुप रहो पुत्रानी भेद खोली दे लीडर ने इत्थे हकदार गोली दे हो जिन्हां दे जवाकां दे ना जौन ते सटीवे आ राखे बड़ी फिर दे ओ मां बोली दे ओ झूठ मैनू इत्थों दे फैक्ट ए भी ने चोर बंदे उरों दे समाज सेवी ने सच वाला बाणा पाजो लोक लुट दे सजा इन्हां नूं वी छेती मेट मिलूगी। वाह वाह। ते मैनूं सो जयदीप जी जदों सिद्धू बाई दी मौत दा पता लगा तुहानूं की लगदा सी वी मन एकदम जिहड़ा शॉर्ट लग गया वी वाकई सच आ जां झूठ आ किस तरह तुहानूं पता लगा इस चीज़ दा? इस चीज़ तों मैनूं पता लगा सीगा जदों मैं न्यूज़ वेखी ते हर जगह इस मतलब स्पॉटलाइट ते आया पिया सीगा कि इदां होया वा बिल्कुल ते ए बहुत गलत होया उन्हां नाल सानूं इस चीज़ लई जस्टिस चाहीदा। ते किस तरह जयदीप जी हमेशा सिद्धू बाई अपनी मिट्टी नाल बहुत प्यार करदा सी कहिंदे टिब्बिआं दा पुत्त सिद्धू बाई नूं कहा जांदा सी कहिंदे मूसे पिंड नूं कदी बस नहीं जांदी सी अज उत्थे हजारां दी तादाद विच लंबीआं लंबीआं गड्डियां लग्गियां ने अते मूसा पिंड पूरे वर्ल्ड च जिहड़ा फेमस हो गया किस तरह दी चीज़ नूं? देखो जी उन्होंने बहुत स्ट्रगल किया ये गल सारे नूं पता पर कोई सोच भी नहीं सकता उन्होंने किन्ना स्ट्रगल किया कोई डीपली नहीं सोच सकता कि उन्होंने किन्ना स्ट्रगल किया जे बंदा सोचन लग पेगा ना तो उसका तो दिमाग थक जाएगा कि किन्ना उन्होंने स्ट्रगल किया वा। कहिंदे सिद्धू बाई हमेशा अपने गीतां सच बोलते सी बहुत थोड़े समय में जिहड़ा इन्ना वर्ल्ड फेमस जिहड़े सिंगर बन गए सी हर किसी जबान से सिद्धू बाई का गीत हुंदा सी हर किसी सिद्धू बाई का नाम हुंदा सी किस तरह देखदे हो? ये गल सच है कि वह उन्हां दी कलम हमेशा सच लिखती सी ते यही रीज़न हो सकता है कि लोगों ने इस चीज़ नूं लाइक के सिद्धू मूसेवाला जी नूं उन्हां दी कलम जिहड़ी रुकाती है पर उन्हां दे पिता जी का कहना कि वह 10 साल जिउंदे रहणगे वो 10 साल जिउंदे रख सकते आ ते पर मेरा कहना भी वो उमरां तक ਸਾਡੇ ਜਿਵੇਂ ਮੈਂ ਇੱਕ ਜਨਰੇਸ਼ਨ ਆ ਅਗਲੀ ਜਨਰੇਸ਼ਨ ਸਾਡੀ ਅਗਲੀ ਪੀੜ੍ਹੀ ਵੀ ਉਹ ਗਾਣੇ ਸੁਣੂਗੀ ਉਹ ਗਾਣੇ ਉਹਨਾਂ ਦੇ ਕੰਨਾਂ 'ਚ ਵੀ ਵੱਜਣਗੇ। ਜੈਦੇਵ ਜੀ ਹੋਰ ਕਿਹੜਾ ਗੀਤ ਸੁਣਾਓ ਸਿੱਧੂ ਬਾਈ ਦਾ ਜਿਹੜਾ ਤੁਸੀਂ ਹਮੇਸ਼ਾ ਹੀ ਗਾਉਂਦੇ ਰਹਿੰਦੇ ਜੇ ਜਿਹੜਾ ਤੁਹਾਨੂੰ ਬੇਹੱਦ ਪਸੰਦ ਹੋਵੇ ਤੁਹਾਡਾ ਉਹੀ ਅੱਜ ਦੂਰ ਲੈਣਾ ਜੀ ਉਹ ਸਾਂਝੀ ਕਰਿਓ। ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਨੀ ਮੁੰਡੇ ਫੈਨ ਨੇ ਤੁਹਾਡੇ ਇਹ ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਨੀ ਮੁੰਡੇ ਫੈਨ ਨੇ ਤੁਹਾਡੇ ਇਹ ਸ਼ਹਿਰਾਂ ਦੇ। ਜੈਦੀਪ ਜੀ ਅਸੀਂ ਦੇਖਦੇ ਵੀ ਜਦੋਂ ਸਿੱਧੂ ਬਾਈ ਗੀਤ ਬੋਲਦਾ ਸੀ ਕੰਟਰਵਰਸੀ ਬਹੁਤ ਹੋ ਜਾਂਦੀ ਸੀ ਵਿਰੋਧ ਬੜਾ ਹੋਣਾ ਸ਼ੁਰੂ ਹੋ ਜਾਂਦਾ ਸੀ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਵੀ ਸੱਚ ਬੋਲਣ ਦਾ ਜਿਹੜਾ ਉਸਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਸੀ? ਸੱਚ ਮੈਂ ਤੁਹਾਨੂੰ ਕਿਹਾ ਨਾ ਸੱਚ ਲਿਖਦੇ ਸੀ ਸੱਚ ਕਰਨ ਲਈ ਤਾਂ ਵਿਰੋਧ ਹੁੰਦਾ ਸੀਗਾ ਉਹਨਾਂ 'ਤੇ ਸੱਚ ਜੋ ਕਿ ਕੌੜਾ ਲੱਗਦਾ ਉਸੇ ਕਰਕੇ ਕੰਟਰੋਵਰਸੀ ਹੁੰਦੀ ਸੀਗੀ ਅਤੇ ਡਿਬੇਟ ਹੁੰਦੀ ਸੀਗੀ। ਹਾਂਜੀ ਕੀ ਲੱਗਦਾ ਨਾ ਵੀ ਥੋੜ੍ਹੇ ਸਮੇਂ 'ਚ ਸਿੱਧੂ ਬਾਈ ਨੇ ਇੰਨਾ ਨਾਂ ਕਮਾ ਲਿਆ ਪੂਰੇ ਵਰਲਡ 'ਚ ਸਿੱਧੂ ਬਾਈ ਦੀ ਕਹਿ ਲਓ ਵੀ ਤੂਤੀ ਬੋਲਦੀ ਸੀ ਸਿੱਧੂ ਬਾਈ ਹਮੇਸ਼ਾ ਆਪਣੇ ਗੀਤਾਂ 'ਚ ਕਹਿੰਦੇ ਹੁੰਦੇ ਸੀ ਡੋਲਰਾਂ ਵਾਂਗੂ ਨਹੀਂ ਨਾਮ ਮੇਰਾ ਚੱਲਦਾ। ਹਾਂਜੀ ਵਾਕਈ ਸੱਚਾਈ ਸੀ ਇਹ ਗੱਲ ਬਿਲਕੁਲ ਸੱਚਾਈ ਸੀ ਕਿ ਡੋਲਰਾਂ ਵਾਂਗੂ ਨਹੀਂ ਨਾਮ ਮੇਰਾ ਚੱਲਦਾ ਇਹ ਬਿਲਕੁਲ ਸੱਚ ਸੀਗਾ ਅਤੇ ਮੈਂ ਮੰਨਦਾ ਵੀ ਹਾਂ ਕਿ ਸੱਚ ਹੈ। ਹੋਰ ਕਿਹੜਾ ਗੀਤ ਸੁਣਾਓਗੇ ਸਿੱਧੂ ਬਾਈ ਦਾ ਦੋ ਲੈਣਾ ਜ਼ਰੂਰ ਸਾਂਝੀ ਕਰਿਓ ਦੀ ਹੋਰ ਚਾਚੇ ਮਾਮਿਆਂ ਦੇ ਸਿਰਾਂ 'ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ
चाचे मामियां दे सिरां ते नहीं उड्डिया नहीं मैं आप बनिया हो मैं नहीं ओ लोक बार बार आख दे बापू तेरे पुत नू सटार आख दे बनना नहीं कुछ सी गवार आख दे ओही बापू तेरे पुत नू सटार आख दे बापू तेरे पुत नू सटार आख दे हो इन्नी छोटी उम्र च उन्होंने इन्ना वड्डा मुकाम हासिल किया है एक हिसाब का मिरेकल ही आ इम्पॉसिबल है पर उन्होंने ये मुकाम हासिल किया तो आप सारे फैन ये प्राउडली कहने कि आप उन्होंने फैन हाँ उन्होंने पापा नू भी जो उन्होंने प्राउड हो रहा होना पर यह हादसे तो बाद उन्होंने जो हालत है वह बहुत उन्होंने वास्ते औखा वा क्यों बड़ा औखा होता जो किसी का जवान पुत चले दुनिया तो वह भी कला कला पुत अज वो दोवें कह लो भी परिवार जिहड़े ने दोवें जी अज कल्ले हो गए ने चाहे हज़ारां लखां लोग प्यार करते हैं फैन ने पर फिर भी जिथे सिद्धू बाई ने खड़ जाना जाके अज भी उन्होंने जी हवेली जी किस तरह देख दो जी बनाई सिद्धू बाई ने देखो उन्होंने जोड़ा घाटा है ये जो घाटा होया कोई पूरा नहीं कर सकता बिल्कुल तो एक जो माँ आने बब्बर शेर जमया सी पर वो बब्बर शेर का घाटा हुण कोई पूरा नहीं कर सकता हाँ उम्र दे साब नाल दुना रुतबा थोड़ा नहीं ओ बाला इखला की चलदा अखां च अतत्ती कोई शह बोल दी एवें नहीं को दुनिया तो आकी चलदा पिछले कोई कर्मा दा तनी लगदा जां फे मेहरबानी अखवाजा मिठिए चोबर दे चेहरे उत्ते नूर दसदा नहीं एदा उठूगा जवानी च जनाजा मिठिए चोबर दे चेहरे उत्ते नूर दसदा नहीं एदा उठूगा जवानी च जनाजा मिठिए तो जयदेव जी असं देखिए सिद्धू बाई ने जिते कि पंजाब या इंडिया की गल करिए फैन ने उत्थे पूरे वर्ल्ड च फैन असं देखिया कि सिद्धू बाई की मौत तो बाद जिहड़ा कि लहिंदा पंजाब है जिते कि पाकिस्तान है उत्थे भी बहुत वड्डे फैन ने जदों उन्होंने पता लगा सिद्धू बाई दुनिया तेने रहे उन्होंने दिलों से बहुत बीती वो भी जोड़े बहुत गम वेखे किस तरह देखते चीज़ सारे फैन जिदा कि तुम कह रहे हो सारी फैन ना दिल टुट गया साढ़े सारे का ये जो हादसा होया बाकी ਪੰਜਾਬ ਚੜ੍ਹਦੀ ਕਲਾ 'ਚ ਰਹੇ ਬਿਲਕੁਲ ਵੱਸਦਾ ਰਹੇ ਸਾਡਾ ਪੰਜਾਬ ਇਹ ਸੀ ਗੱਲਬਾਤ ਕੀਤੀ ਜੈਦੀਪ ਸਿੰਘ ਕਾਲੋਂ ਤੁਸੀਂ ਦੇਖਿਆ ਵੀ ਛੋਟੀ ਉਮਰ ਵਿੱਚ ਹੀ ਸਿੱਧੂ ਮੂਸੇਵਾਲਾ ਬਾਈ ਦਾ ਬਹੁਤ ਵੱਡਾ ਫੈਨ ਆ ਅਤੇ ਇਹਨੇ ਜਿਹੜਾ 295 ਜਿਹੜਾ ਗੀਤ ਬੋਲਿਆ ਸੀ ਸਿੱਧੂ ਮੂਸੇਵਾਲਾ ਬਾਈ ਦਾ 50 ਲੱਖ ਤੋਂ ਬਾਅਦ ਲੋਕਾਂ ਨੇ ਜਿਹੜਾ ਪਿਆਰ ਦਿੱਤਾ ਸੀ ਅਤੇ ਉੱਥੇ ਆਪਣਾ ਸੁਨੇਹਾ ਦਿੱਤਾ ਵਾ ਖਾਸ ਕੇ ਜਿਹੜੇ ਸਿੱਧੂ ਬਾਈ ਦੇ ਫੈਨ ਨੂੰ ਵੀ ਸਿੱਧੂ ਬਾਈ ਨੂੰ ਹਮੇਸ਼ਾ ਦਿਲਾਂ ਵਿੱਚ ਸਾਡੇ ਰਾਜ ਕਰਦਾ ਰਹੇਗਾ ਕਦੀ ਵੀ ਉਸ ਨੂੰ ਜਿਹੜਾ ਭੁਲਾਇਆ ਨਹੀਂ ਜਾ ਸਕਦਾ ਅਤੇ ਕਦੀ ਵੀ ਜਿਹੜਾ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਉਹਨਾਂ ਫੈਨ ਨੇ ਜਿਹੜੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤਰ੍ਹਾਂ ਜਿਹੜਾ ਨਹੀਂ ਕਰਨਾ ਚਾਹੀਦਾ ਮੈਨੂੰ ਦਿਓ ਇਜਾਜ਼ਤ ਮੈਂ ਹਰਜੀਤ ਗਰੇਵਾਲ ਅੰਮ੍ਰਿਤਸਰ